ਭਾਈ ਜੀ ਸਾਡੀ ਜੌਂ ਜਿਹੜਾ ਦਾਣਾ ਸਿਆਲਾਂ ਵਾਲਾ ਰਲਾਉਣ ਲੱਗਿਆ ਪਾ ਦੇ ਬਾਈ ਪਲਟਾ ਦੇ ਅਸ਼ਵਨ ਇਹ ਪਲਟ ਗਿਆ ਜੀ ਇਹ 75 ਕਿਲੋ ਜੌਂ ਆ ਠੀਕ ਹੈ ਜੀ ਅਤੇ ਆ ਬੋਰਾ ਰੱਖ ਦੇ ਬਾਈ ਸਾਈਡ 'ਤੇ ਛੱਡ ਭਰੇ ਪਚੱਤਰ ਕਿਲੋ ਜੌਂ ਦੇ ਵਿੱਚ ਪੈ ਗਿਆ 30 ਕਿਲੋ ਚੋਕਰ 30 ਕਿਲੋ ਚੋਕਰ ਪੈ ਗਿਆ ਤੇ ਹੁਣ 50 ਕਿਲੋ ਪੈਣੇ ਕਾਲੇ ਛੋਲੇ ਆਪਾਂ ਇਹ 50 ਪੈ ਗਿਆ ਜੀ ਆਪਣਾ ਕਾਲੇ ਛੋਲੇ ਕਾਲੇ ਛੋਲਿਆਂ ਦਾ ਜਿਹੜਾ ਕੀ ਕਹਿੰਦੇ ਇਹਨੂੰ ਚੁੰਨੀ ਪੈ ਗਈ ਜੀ ਚਨਾ ਚੁੰਨੀ ਠੀਕ ਹੈ ਅਤੇ ਆਹ ਵੀ ਪੈ ਗਿਆ ਜੀ ਅਤੇ ਹੁਣ ਪੈ ਗਏ ਮੋਟ ਚੁੰਨੀ ਇੱਧਰਲੇ ਪਾਸੇ ਸੁੱਟੀ ਜ਼ਿਆਦਾ ਇਹ ਸਾਲਾ ਉੱਧਰ ਨੂੰ ਡੁੱਲ ਪੈਣਾ ਫਿਰ ਇੱਧਰਲੇ ਪਾਸੇ ਸੁੱਟੀ ਕੰਧ ਵਾਲੇ ਪਾਸੇ ਇੱਧਰ ਕਰਦੇ ਇਹ ਦਾਣਾ ਮਿਲਾਉਣਾ ਹੀ ਬਹੁਤ ਕਲਾ ਹੈ ਬਾਈ ਜੀ ਇਹ ਪੈ ਗਈ ਫਿਰ ਚਨਾ ਚੁੰਨੀ ਅਤੇ ਤੁਹਾਨੂੰ ਜੋ ਚੀਜ਼ਾਂ ਨਹੀਂ ਦਿਖਾ ਪਾਊਂਗਾ ਵਿੱਚ ਮੋਟ ਪੈ ਜਾਣੀ ਹੈ ਅਤੇ ਵਿੱਚ ਪੈ ਜਾਣੀ ਆ ਸਾਡੀ ਉਹ ਸੋਇਆਬੀਨ ਨਹੀਂ ਸੋਇਆਬੀਨ ਤਾਂ ਪੈ ਗਈ ਪਰ ਇੱਕ ਹੋਰ ਚੀਜ਼ ਹੁੰਦੀ ਉਹ ਪਤਲੀ ਪਤਲੀ ਜੀ ਜਿਹੜੀ ਮੱਛੀ ਵਾਲੀ ਹੁੰਦੀ ਆ ਰਾਈ ਇਹਦੇ ਵਿੱਚ ਰਾਈ ਪੈ ਜਾਣੀ ਹੈ 5 ਕਿਲੋ ਅਤੇ 10 ਕਿਲੋ 5 ਕਿਲੋ ਰਾਈ ਅਤੇ 5 ਕਿਲੋ ਚਾਹੇ 10 ਕਿਲੋ ਚਾਹੇ 5 ਕਿਲੋ ਉਹ ਪੈ ਜਾਣ ਕਿੰਨਾ ਹੋ ਗਿਆ 50 ਇੱਕ 80 ਇਹ ਹੋ ਗਿਆ ਜੀ 1.5 ਕੁਇੰਟਲ ਦੇ ਕਰੀਬ ਦਾਣਾ ਬਲਾਸ਼ ਹੋਣੀ ਇੱਕ ਵਾਰੀ ਆਹ ਦੇਖ ਲਓ ਬੰਦੇ ਨੂੰ ਘੋੜਿਆਂ ਦਾ ਕੁਛ ਨਹੀਂ ਪਤਾ ਸੀ ਹੁਣ ਸਵਾਰੀ ਵੀ ਕਰਦਾ ਕਿਉਂ ਅਸ਼ਵਨੀ ਹਾਂਜੀ ਕਿਵੇਂ ਲੱਗਦਾ ਘੋੜੇ ਨਾਲ ਰਹਿ ਕੇ ਸੱਚੀ ਦੱਸੀ ਬਾਈ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਕਿਉਂਕਿ ਜਾਨਵਰ ਨਾਲ ਪਿਆਰ ਹੋਣਾ ਚਾਹੀਦਾ ਦਿਲ ਵੀ ਖੁਸ਼ ਹੈ ਕਿ ਨਹੀਂ ਹੈ ਬਿਲਕੁਲ ਬਹੁਤ ਜ਼ਿਆਦਾ ਕਰਦਾ ਅਸੀਂ ਇਕੱਲੇ ਰਹਿੰਦੇ ਹਾਂ ਹਾਂ ਕਰਤਾ ਹੁਣ ਤੂੰ ਸਾਡਾ ਵੀਰ ਮਿਲਾ ਰਿਹਾ ਮਿਲਾਉਣ ਨੂੰ ਮੈਂ ਵੀ ਲੱਗ ਜਾਵਾਂ ਨਾਲ ਉੱਥੇ ਆਕਾਸ਼ ਹੋਰ ਕੰਮ ਕਰ ਰਿਹਾ ਮੈਂ ਕੋਈ ਹੋਰ ਕਰ ਰਿਹਾ ਇੱਥੇ ਅਸ਼ਵਨੀ ਸਾਡਾ ਮਿਲਾ ਰਿਹਾ ਬਹੁਤ ਚੰਗੀ ਤਰ੍ਹਾਂ ਥੱਲੋਂ ਚੱਕ ਚੱਕ ਕੇ ਮਿਲਾਈ ਅਸ਼ਵਨੀ ਹੈਨਾ ਤੇ ਬਈ ਯਕੀਨ ਮੰਨਿਓ ਜੇ ਇਹ ਜਿਹੜਾ ਨੋਰਮਲ ਘੋੜਾ ਉਹਨੂੰ 1.5 ਕਿਲੋ ਵੀ ਪੈ ਜਾਵੇ 1.5 ਕਿਲੋ ਨੋਰਮਲ ਘੋੜੇ ਨੂੰ ਇਹ ਬਹੁਤ ਵਧੀਆ ਡਾਇਟ ਆ ਵੀਰੇ ਬਹੁਤ ਵਧੀਆ ਜਿਹਦੇ 'ਚ ਸਭ ਕੁਛ ਹੈ ਜੋ ਘੋੜਿਆਂ ਨੂੰ ਪਸੰਦ ਵੀ ਹੈ ਜੋ ਘੋੜਿਆਂ ਦਾ ਪੇਟ ਵੀ ਭਰਦਾ ਐ ਮਿਲ ਗਈ ਬਾਈ ਜੀ ਆਹ ਦੇਖੀ ਚੱਲੋ ਅੱਗੇ ਕੀ ਹੈ ਇਹ ਸੁਣਦੇ ਪਰੇ ਸਾਲੇ ਨੂੰ ਇਹ ਮਿਲਾਉਣ ਦਾ ਮਕਸਦ ਕੀ ਹੁੰਦਾ ਕਈ ਵਾਰੀ ਕੁਛ ਗਲਤ ਚੀਜ਼ਾਂ ਆ ਜਾਂਦੀਆਂ ਵੀਰ ਜੀ ਮੂਹਰੇ ਤੇ ਆਹ ਸਾਡਾ ਆਕਾਸ਼ ਨਾਲ ਆ ਦੇਖ ਲਓ ਤੇ ਮੈਂ ਵੀ ਨਾਲ ਆ ਇੱਕ ਮਿੰਟ ਇਹ ਕੈਮਰਾ ਹੁੰਦਾ ਨਹੀਂ ਬਈ ਆ ਮੂਹਰੇ ਨੂੰ ਨਹੀਂ ਹੋਣਾ ਕਿਉਂਕਿ ਪਰ ਇੱਦਾਂ ਸਾਡਾ ਅਸ਼ਵਨ ਮਿਲਾ ਰਿਹਾ ਨਾਲ ਸਾਰੇ ਨਾਲ ਆ ਵੀਰੇ ਵੀ ਸਾਰੇ ਮਿਲਾ ਰਹੇ ਆ ਮਿਲਾ ਰਹੇ ਦਾਣਾ ਇਹ ਘੋੜਿਆਂ ਲਈ ਆਪਣਾ ਕੀ ਕਹਿੰਦੇ ਕਿ ਬਹੁਤ ਵਧੀਆ ਹੈ ਜਿਹੜੀ ਦੋ ਚੀਜ਼ਾਂ ਕਹੀਆਂ ਉਹ ਮਿਲ ਚੁੱਕੀਆਂ ਨੇ ਪਹਿਲਾਂ ਹੀ ਪਰ ਉਦੋਂ ਤੱਕ ਅਸੀਂ ਵੀਡੀਓ ਨਹੀਂ ਸਟਾਰਟ ਕਰ ਪਾਏ ਸੋਰੀ ਫੋਰ ਦੈਟ ਇਹ ਹੁਣ ਮਿਲ ਗਿਆ ਸਾਰਾ ਅਤੇ ਮਿਲਣ ਤੋਂ ਬਾਅਦ ਕੀ ਹੈ ਵੀਰ ਜੀ ਇਹ ਪੂਰੀ ਪ੍ਰੋਪਰ ਉਹ ਹੈ ਹੁਣ ਵੀਡੀਓ ਬਹੁਤ ਵੱਡੀ ਹੋ ਜੂਗੀ ਜੇ ਮੈਂ ਤੁਹਾਨੂੰ ਪੈਕਿੰਗ ਵੀ ਦਿਖਾਊਂਗਾ ਉਹਦੀ ਛੋਟੀ ਜਿਹੀ ਵੀਡੀਓ ਜ਼ਰੂਰ ਬਣਾ ਦੂੰਗਾ ਠੀਕ ਹੈ ਜੀ 4 ਮਿੰਟ 20 ਸਕਿੰਟ 25 ਸਕਿੰਟ ਦੀ ਹੋ ਚੁੱਕੀ ਹਾਲੇ ਤੱਕ ਤਾਂ ਗੁੱਸਾ ਨਾ ਮੰਨਿਓ ਅਗਲੀ ਵੀਡੀਓ 'ਚ ਦਿਖਾ ਦੂੰਗਾ ਤੁਹਾਨੂੰ ਥੈਂਕ ਯੂ ਬਾਈ